ਕਾਰੀ ਬਾਰਡਰ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ। ਸ਼੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਕਰਕੇ ਗੁਰੂ ਦਾ ਊਟ ਆਸਰਾ ਲੈ ਕੇ ਪੰਜਾਬ ਨੂੰ ਕਿਉਂ ਬਚਾਉਣਾ ਹੈ? ਜੈ ਜੀ ਹਾਲਾਤ ਅੱਜ ਬਣ ਗਈ ਹੈ ਪੰਜਾਬ ਦੀ। ਅੱਜ ਜਿੱਥੇ ਵੀ ਜਾਈਦਾ, ਅੱਜ ਸਵੇਰੇ ਮੈਂ ਅੰਮ੍ਰਿਤਸਰੋਂ ਘਰੋਂ ਨਿਕਲਿਆ ਅਤੇ ਲੇਬਰ ਚੌਂਕ ਦੇ ਕੋਲੋਂ ਦੀ ਮੈਂ ਟੱਪਿਆ ਅਤੇ ਕੋਈ 100 ਕੁ ਲੇਬਰ ਵਾਲਾ ਕੰਮ ਕਰਨ ਵਾਲਾ ਇਹਨੇ ਮੇਰੀ ਗੱਡੀ ਘੇਰ ਲਈ। ਮੈਨੂੰ ਕਹਿੰਦੇ ਜੀ ਬਾਹਰ ਉਤਰਿਓ ਇੱਕ ਮਿੰਟ। ਮੈਂ ਬਾਹਰ ਉਤਰਿਆ, ਕਹਿੰਦੇ ਜੀ ਸਾਡਾ ਆਟਾ ਦਾਲ ਬੰਦ ਹੋ ਗਿਆ, ਸ਼ਗਨ ਬੰਦ ਹੋ ਗਏ, ਸਾਡੀਆਂ ਪੈਨਸ਼ਨਾਂ ਕੱਟੀ ਗਈਆਂ, ਸਾਨੂੰ ਕੋਈ ਪਤਾ ਹੀ ਨਹੀਂ ਕਿ ਹੋ ਕੀ ਰਿਹਾ, ਕਿਹਦੇ ਕੋਲ ਜਾਈਏ। ਖਾਲਸਾ ਜੀ, ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਵਿਚਾਰ ਕਰੋ ਆਪਣੇ ਕਿਹੜੇ ਆ ਅਤੇ ਪਰਾਏ ਕਿਹੜੇ ਆ, ਕੀ ਹਾਲਾਤ ਹੈ। ਪਿਛਲੇ 40-45 ਸਾਲ ਦਾ ਸਾਰਾ ਇਤਿਹਾਸ ਦੇਖੋ ਸੂਬੇ ਦਾ, ਕੌਣ ਕਿਹਨੂੰ ਆਪਾਂ ਜ਼ਿੰਮੇਵਾਰੀ ਦਿੱਤੀ ਅਤੇ ਕਿਹਨੇ ਕੁਛ ਕੀਤਾ। ਜੇ ਤੁਸੀਂ ਸਹੀ ਮਣੇ 'ਤੇ ਇਨਸਾਫ ਦੇਖੋਗੇ ਨਾ, ਦੂਜੀਆਂ ਜਿਹੜੀਆਂ ਨੈਸ਼ਨਲ ਪਾਰਟੀਆਂ ਨੂੰ ਆਪਾਂ ਪੰਜਾਬ 'ਚ ਵੀ ਵੰਡ ਨਹੀਂ ਦੇਵਾਂਗੇ, ਪਰ ਆਪਾਂ ਆਪਣਿਆਂ ਨੂੰ ਛੱਡ ਕੇ ਬਾਹਰਲੀ ਚੀਜ਼ ਮਗਰ ਲੱਗ ਜਾਂਦੇ ਹਾਂ। ਆਹ ਦਾਣਾ ਮੰਡੀ ਅਤੇ ਪੂਰੇ ਪੰਜਾਬ ਦਾਣਾ ਮੰਡੀਆਂ ਕਿਹਨੇ ਬਣਾਈਆਂ? ਬਾਪੂ ਬਾਦਲ ਨੇ। ਜੇ ਟਰੈਕਟਰ ਇਹਦੇ ਟੈਕਸ ਲੱਗਦਾ ਹੁੰਦਾ ਸੀ, ਕਿਹਨੇ ਮਾਫ ਕਰਾਇਆ? ਬਾਪੂ ਬਾਦਲ ਨੇ। ਜਿਹੜੇ ਟਿਊਬਵੈੱਲ ਕਨੈਕਸ਼ਨ ਕਿਹਨੇ ਦਿੱਤੇ? ਬਾਪੂ ਬਾਦਲ ਨੇ। ਆਹ ਜਿਹੜੀ ਬਿਜਲੀ ਦਾ ਫ੍ਰੀ ਕੀਤੀ, ਆਪਣੇ ਨੌਜਵਾਨ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਕਿ ਪਹਿਲੇ ਬਿੱਲ ਲੱਗਦੇ ਹੁੰਦੇ ਅਸੀਂ ਟਿਊਬਵੈੱਲ ਦੇ, ਜੇ ਮਾਫ ਕੀਤੇ ਬਾਪੂ ਬਾਦਲ ਨੇ। ਆਟਾ ਦਾਲ ਦਿੱਤਾ ਬਾਪੂ ਬਾਦਲ ਨੇ, ਸ਼ਗਨ ਦਿੱਤੇ ਬਾਪੂ ਬਾਦਲ ਨੇ, ਪੈਨਸ਼ਨ ਦਿੱਤੀ ਬਾਪੂ ਬਾਦਲ ਨੇ, ਤੁਹਾਡੇ ਘਰ ਘਰ ਲਿੰਕ ਰੋਡਾਂ ਬਣਾਈਆਂ, ਆਹ ਬਿਜਲੀ ਦੇ ਥਰਮਲ ਪਲਾਂਟ, ਏਅਰਪੋਰਟ, ਸੜਕਾਂ। ਅਤੇ ਪਿਛਲੇ 40 ਸਾਲਾਂ 'ਚ 22 ਸਾਲ ਰਾਜ ਰਿਹਾ, ਅਤੇ ਉਹਦੇ ਬਾਅਦ 10 ਸਾਲ ਰਿਹਾ ਕੈਪਟਨ ਅਮਰਿੰਦਰ ਸਿੰਘ ਦਾ ਅਤੇ 2 ਸਾਲ ਇਹਨਾਂ ਦਾ, ਝਾੜੂ ਵਾਲਿਆਂ ਦਾ। ਇੱਕ ਚੀਜ਼ ਤੁਸੀਂ ਦੱਸ ਦਿਓ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਕੀਤੀ ਹੋਏ ਪੰਜਾਬ 'ਚ। 5 ਸਾਲਾਂ ਮੁੱਖ ਮੰਤਰੀ ਬਣ ਜਾਂਦੇ ਆ, ਉਹਦਾ ਮਤਲਬ ਹੈ ਘਰੇ ਆਰਾਮ ਕਰੋ, ਐਸ਼ ਕਰੋ। ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਸੀ ਸੇਵਾ ਕਰਨ ਵਾਸਤੇ, ਸਵੇਰ ਤੋਂ ਲੈ ਕੇ ਰਾਤ ਤੱਕ ਕਿਸੇ ਨਾ ਕਿਸੇ ਪਿੰਡ 'ਚ ਹੁੰਦੇ ਸੀ, ਸ਼ਹਿਰ 'ਚ ਹੁੰਦੇ ਸੀ, ਮੁਹੱਲੇ 'ਚ ਹੁੰਦੇ ਸੀ, ਸੰਗਤ ਦਰਸ਼ਨ ਕਰਕੇ ਥੋੜੀਆਂ ਤਕਲੀਫਾਂ ਸੁਣਦੇ ਸੀ। ਕੈਪਟਨ ਨਾ ਦਿਖਾਈ ਦਿੱਤਾ, ਆਹ ਝਾੜੂ ਵਾਲੇ ਵੀ ਹੈ, ਝਾੜੂ ਵਾਲਿਆਂ ਨੇ ਤਾਂ ਜਮਾਂ ਹੀ ਬਰਬਾਦ ਕਰਤਾ। ਤੁਸੀਂ ਹੈਰਾਨ ਰਹਿ ਜਾਓਗੇ, 60,000 ਕਰੋੜ ਰੁਪਇਆ ਇਸੇ ਸਾਲ ਲੈ ਲਿਆ, ਹਲੇ 2 ਮਹੀਨੇ ਪਏ ਹੈ। 60,000 ਕਰੋੜ ਅਤੇ ਖਰਚਦੇ ਕਿੱਥੇ ਹੈ? ਆਪਣੀਆਂ ਫੋਟੋਆਂ 'ਤੇ, ਇਸ਼ਤਿਹਾਰਾਂ 'ਤੇ। ਤਾਮਿਲਨਾਡੂ ਚਲੇ ਜਾਓ, ਭਗਵੰਤ ਮਾਨ ਅਤੇ ਕੇਜਰੀਵਾਲ ਦੀ ਫੋਟੋ ਲੱਗੀ ਹੈ। ਪੈਸਾ ਕੌਣ ਦੇ ਰਿਹਾ? ਪੰਜਾਬ ਸਰਕਾਰ। ਨਾਗਾਲੈਂਡ ਦੇ ਅਖਬਾਰਾਂ 'ਚ ਕੇਜਰੀਵਾਲ ਦੀ ਅਤੇ ਭਗਵੰਤ ਮਾਨ ਦੀ ਫੋਟੋ ਹੈ, ਪੈਸਾ ਦੇ ਰਿਹਾ ਪੰਜਾਬ ਸਰਕਾਰ। ਕਿਉਂ? ਉੱਥੇ ਝਾੜੂ ਵਾਲਿਆਂ ਨੂੰ ਉੱਥੇ ਮਸ਼ਹੂਰੀ ਕਰਨ ਵਾਸਤੇ। ਆਹ ਮੁੱਖ ਮੰਤਰੀ ਹੈ, ਕਹਿੰਦਾ ਕੀ ਸੀ ਅਤੇ ਕਰਦਾ ਕੀ ਸੀ? ਮੇਰਾ ਹਰਾ ਪੈੱਨ ਹੈ, ਮੇਰੀ ਸਰਕਾਰ, ਇੱਕ ਨਾਂ ਇਹਦੇ ਰੱਖ ਲਿਆ ਆਮ ਆਦਮੀ। ਲੋਕ ਸਮਝੇ ਸੱਚੀ ਆਮ ਆਦਮੀ ਹੈ,
ਮੈਂ ਤੁਹਾਨੂੰ ਦੱਸਾਂ, ਜਿੰਨੇ ਠੱਗ ਹੈ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਬਣਾਈ ਹੈ। ਜਿੰਨੇ ਉਹਨਾਂ ਦੇ ਐਮ ਐਲ ਏ ਦੇਖ ਲਓ, ਉਹਨਾਂ ਦਾ ਪਿਛੋਕੜ ਦੇਖ ਲਓ। ਤੇ ਤੁਸੀਂ ਪਿਛਲੀ ਵਾਰ ਇਕੱਲਾ ਝਾੜੂ ਦੇਖਿਆ, ਪਿਛੋਕੜ ਤਾਂ ਦੇਖਿਆ ਹੀ ਨਹੀਂ। ਹੋਇਆ ਕੀ, ਉਹਨਾਂ ਨੇ ਆਪਣੇ 'ਤੇ ਝਾੜੂ ਫੇਰਤਾ, ਪੰਜਾਬ 'ਤੇ ਝਾੜੂ ਫੇਰਤਾ, ਅਤੇ ਅੱਜ ਹਾਲਾਤ ਹੀ ਖਤਮ ਹੋ ਗਏ ਆ। ਅੱਜ ਕੀ ਹੋ ਰਿਹਾ, ਘਰ ਘਰ ਨਸ਼ਾ ਪਹੁੰਚ ਗਿਆ, ਘਰ ਘਰ। ਕਿਉਂ ਪਹੁੰਚਿਆ? ਕਿਉਂਕਿ ਇਹਨਾਂ ਦੇ ਐਮ ਐਲ ਏ, ਇਹਨਾਂ ਦੇ ਲੀਡਰ ਮਹੀਨਾ ਬਣ ਲਿਆ ਇਹਨਾਂ ਨੇ ਆ ਨਸ਼ੇ ਵੇਚਣ ਵਾਲੇ। ਮੈਂ ਅਫਸਰਾਂ ਨੂੰ ਪੁੱਛਿਆ ਕਿ ਇੰਨਾ ਕਿਵੇਂ ਹੋ ਗਿਆ, ਉਹ ਕਹਿੰਦੇ ਕੀ ਕਰੀਏ, ਸਾਨੂੰ ਉੱਥੋਂ ਹੁਕਮ ਆਇਆ ਕਿ ਇਹ ਜੋ ਐਮ ਐਲ ਏ ਕਹਿੰਦਾ ਜਾਂ ਹਲਕਾ ਕਰਦਾ ਉਹਨਾਂ ਨੂੰ ਕਰੋ। ਇਹਨਾਂ ਨੇ ਪੈਸਾ ਕੋਈ 5 ਲੱਖ ਲੈ ਰਿਹਾ ਮਹੀਨੇ 'ਤੇ ਨਸ਼ੇ ਵੇਚਣ ਵਾਲਾ, ਕੋਈ 10 ਲੱਖ ਲੈ ਰਿਹਾ ਮਹੀਨੇ 'ਤੇ। ਖੁੱਲ੍ਹੀ ਛੁੱਟੀ ਦਿੱਤੀ ਹੈ ਤੁਹਾਡੇ ਇੱਥੇ ਜੰਡਿਆਲੇ ਮੱਲਾਂ ਦਾ, ਹਰ ਦੂਜੇ ਦਿਨ ਕੋਈ ਨਾ ਕੋਈ ਨੌਜਵਾਨ ਦੀ ਮੌਤ ਹੁੰਦੀ ਹੈ, ਲੁੱਟਖੋ ਹੋਈ ਜਾਂਦੀ ਹੈ, ਗੈਂਗਸਟਰ ਰਾਜ ਕਰੀ ਜਾਂਦੇ ਆ। ਰੋਜ਼ ਅਖਬਾਰ ਪੜ੍ਹ ਲਓ, ਅੱਜ ਬੈਂਕ ਲੁੱਟਿਆ ਗਿਆ, ਅੱਜ ਡਕੈਤੀ ਇੱਥੇ ਹੋਈ ਹੈ, ਇੱਥੇ ਗੈਂਗਸਟਰ ਨੇ ਮਾਰ ਦਿੱਤਾ। ਮੈਂ ਪਿੱਛੇ ਜੇ ਯੂਪੀ ਗਿਆ ਸੀ ਮੁੱਖ ਮੰਤਰੀ ਨੂੰ ਮਿਲਣ ਵਾਸਤੇ, ਕਿਉਂਕਿ ਆਪਣੇ ਪੰਜਾਬੀ ਕਿਸਾਨਾਂ ਦੀ ਸਮੱਸਿਆ ਸੀ। ਜਦੋਂ ਮੈਂ ਘਰੋਂ ਨਿਕਲਿਆ ਮੁੱਖ ਮੰਤਰੀ ਯੋਗੀ ਦੇ, ਪੰਜਾਬ ਦੇ 20-25 ਓਸਵਾਲ ਦੇ ਵੱਡੇ ਵੱਡੇ ਇੰਡਸਟਰੀਅਲ ਤੇ ਖੜੇ, ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕੀ ਕਰ ਰਹੇ ਹੋ? ਉਹ ਕਹਿਣ ਲੈ ਜੀ ਅਸੀਂ ਫੈਕਟਰੀਆਂ ਲਾ ਰਹੇ ਹਾਂ ਯੂਪੀ 'ਚ। ਦੇਖੋ ਜਿਸ ਯੂਪੀ ਤੋਂ ਲੋਕ ਇੱਥੇ ਕੰਮ ਕਰਨ ਆਉਂਦੇ ਆ, ਅੱਜ ਆਪਣੇ ਪੰਜਾਬ ਦੀ ਇੰਡਸਟਰੀ ਯੂਪੀ ਜਾ ਰਹੀ ਆ। ਕਿਉਂ? ਉਹ ਕਹਿੰਦੇ ਇੱਥੇ ਰਹਿਣਾ ਹੀ ਮੁਸ਼ਕਿਲ ਹੈ, ਰੋਜ਼ ਫਰੋਤੀਆਂ ਹੋ ਰਹੀਆਂ। ਅਸੀਂ ਪੁਲਿਸਾਂ ਨਾਲ ਗੱਲ ਕਰਦੇ ਹਾਂ, ਪੁਲਿਸ ਵਾਲੇ ਕਹਿੰਦੇ ਅਸੀਂ ਤਾਂ ਕੁਛ ਕਰ ਨਹੀਂ ਸਕਦੇ। ਆਹ ਹਾਲਾਤ ਹੈ, ਕਿਤੇ ਮੁੱਖ ਮੰਤਰੀ ਆਇਆ ਰੋਜ਼ ਕੀ ਕਹਿੰਦਾ ਹੁੰਦਾ ਸੀ, ਅਤੇ ਅੱਜ ਕਿਸਾਨ ਖੜੇ ਹੁੰਦੇ ਆ, ਡਾਂਗਾ ਮਾਰ ਦਿੰਦਾ। ਜੇ ਮੁੱਖ ਮੰਤਰੀ ਦੇ ਖਿਲਾਫ ਕੁਛ ਕੋਈ ਆਪਣੇ ਪੋਸਟ ਵੀ ਪਾ ਦੇ, ਉਹਦੇ 'ਤੇ ਪਰਚਾ ਦੇ ਦਿੰਦੇ ਆ, ਗੁੰਡਾ ਕਰਦੀ ਹੈ। ਪੰਜਾਬੀ ਜੇ ਇੱਕ ਵਾਰ ਹਵਾ ਨਾਲ ਇਹਨੂੰ ਮੁੱਖ ਮੰਤਰੀ ਬਣਾਇਆ ਨਾ, ਉਸੇ ਹੀ ਝਾੜੂ ਨਾਲ ਇਹਦੀ ਸ਼ਕਲ ਵਿਗਾੜਨਗੇ। ਮੈਂ ਤੈਨੂੰ ਅੱਜ ਦੱਸਾਂ, ਜੈ ਜੀ ਹਾਲਾਤ ਕੀਤੀ ਹੈ, ਜੈ ਜਾ ਗੁੱਸਾ ਮੈਂ ਦੇਖ ਰਿਹਾ। ਆਹ ਜਿਹੜਾ ਇੰਨੇ ਲੋਕ ਇਕੱਠੇ ਹੋਏ ਹੈ, ਐਂ ਨਹੀਂ ਇਕੱਠੇ ਹੋਏ, ਉਹ ਸੋਚ ਰਹੇ ਹੈ ਠੱਗੀ ਗਏ ਅਸੀਂ। ਬਹੁਤ ਲੋਕ ਹੈ, ਬਹੁਤ ਮਿਲੇ ਹੈ, ਬਹੁਤ ਨੌਜਵਾਨ ਮਿਲੇ ਹੈ, ਜਿਹੜੇ ਮੈਨੂੰ ਆ ਕੇ ਕਹਿੰਦੇ ਸੀ ਅਸੀਂ ਗਲਤੀ ਕਰ ਲਈ ਝਾੜੂ, ਅਸੀਂ ਵੋਟਾਂ ਪਾਈਆਂ। ਪਰ ਅੱਜ ਅਸੀਂ ਸਾਨੂੰ ਪਤਾ ਲੱਗ ਗਿਆ ਕਿ ਆਪਣੇ ਆਪਣੇ ਹੈ। ਖੇਤਰੀ ਪਾਰਟੀ ਤੁਹਾਡੀ ਆਪਣੀ ਪਾਰਟੀ, ਕੌਮ ਦੀ ਪਾਰਟੀ, ਕੌਮ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਹੈ। ਜਿੰਨੀਆਂ ਵੀ ਖਾਲਸਾ ਜੀ, ਜਿੰਨੀਆਂ ਵੀ ਠੱਗੀਆਂ ਪੰਜਾਬ ਨਾਲ ਹੋਈਆਂ ਆ ਨੈਸ਼ਨਲ ਪਾਰਟੀਆਂ ਨੇ ਕੀਤੇ। ਨਮਸਕਾਰ। ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗ ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ ਆਓ, ਇਲਾਜ ਕਰਾਓ। ਸਲਾਹ ਰਿਹਾ ਤੁਹਾਡਾ ਭਰਾ ਤੁਹਾਡੇ ਦੁੱਖ ਸੁੱਖ ਚ ਹਾਜ਼ਰ ਹੈ। ਧੰਨਵਾਦ।